ਕਈ ਵਾਰ ਨਾ ਭੱਜੇ ਮੇਜ ਮੈਂ ਤਾਂ ਜੁਆਇਨ ਕਰਦੇ ਆ ਕਿ ਯਾਰ ਲੋਕਾਂ ਨੂੰ ਸਰੀਰ ਦਿਖਾਵਾਂਗੇ ਕਿ ਮਾੜਾ ਸਰੀਰ ਜਾਂ ਬਣ ਜਾਂਦਾ ਆਪਣਾ ਆਪਾਂ ওই ਜਹਾਜ਼ ਦੇ ਫਰਾ ਮੰਗ ਬਾਹਾਂ ਚ ਚੱਕ ਚੱਕ ਕੇ ਟੁੱਟ ਜੰਨੇ ਆ ਕਸਰਤ ਕਰਨਾ ਜਾਂ ਮਿਹਨਤ ਮਾਨਾ ਜਿੰਮ ਜੁਆਇਨ ਕਰਨ ਦਾ ਅਸਲੀ ਬੈਨੀਫਿਟ ਹੋਰ ਆ ਆ ਸਰੀਰ ਤਾਂ ਚਲੋ ਉਦਾਂ ਵਧੀਆ ਬਣ ਜਾਂਦਾ ਇਹ ਤਾਂ ਬਾਅਦ ਦੀ ਗੱਲ ਆ ਪੰਜ ਬੈਨੀਫਿਟ ਦੀ ਗੱਲ ਕਰਦੇ ਆ ਜਦੋਂ ਵੀ ਤੁਸੀਂ ਜਿੰਮ ਜੁਆਇਨ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਥੋੜੀ ਸਾਤਗੀ ਵੱਧਦੀ ਆ ਬ੍ਰੇਨ ਦੀ ਕਈ ਬੰਦੇ ਨੂੰ ਕੁਝ ਯਾਦ ਨਹੀਂ ਆਉਂਦਾ ਬ੍ਰੇਨ ਵਧੀਆ ਕੰਮ ਨਹੀਂ ਕਰਦਾ ਤੁਹਾਡੇ ਬ੍ਰੇਨ ਦਾ ਜਿਹੜਾ ਫੰਕਸ਼ਨ ਆ ਉਹ ਵਧੀਆ ਹੁੰਦਾ ਖਾਣ ਪੀਣ ਵਾਲੇ ਤੱਤ ਬ੍ਰੇਨ ਤੱਕ ਪਹੁੰਚਦੇ ਨੇ ਆਕਸੀਜਨ ਪੂਰੀ ਬ੍ਰੇਨ ਤੱਕ ਜਾਂਦੀ ਆ ਮਤਲਬ ਤੁਹਾਨੂੰ ਡਿਪਰੈਸ਼ਨ ਨਹੀਂ ਹੁੰਦੀ ਤੁਹਾਨੂੰ ਖੁਸ਼ ਕਰਨ ਵਾਲੇ ਹਾਰਮੋਨ ਕੈਮੀਕਲ ਸਾਰੀ ਬਾਡੀ ਤੇ ਰਿਲੀਜ਼ ਹੁੰਦੇ ਨੇ ਨੰਬਰ 2 ਤੇ ਤੁਹਾਡੀ ਇਮਿਊਨਿਟੀ ਵਾਧੀ ਆ ਜਦੋਂ ਬਾਡੀ ਤੇ ਤੁਸੀਂ ਨੇਚਰਲ ਸਟ्रेस ਦਿੰਦੇ ਹੋ ਉਦੋਂ ਤੁਹਾਡਾ ਇਮਿਊਨ ਸਿਸਟਮ ਰੋਜ਼ ਤੁਹਾਡੀ ਬਾਡੀ ਨੂੰ ਰਿਕਵਰ ਕਰਦਾ ਮਸਲ ਤੋੜੇ ਨੇ ਉਹ ਆ ਕੇ ਰਿਕਵਰ ਕਰਦਾ ਜਾਗਿਆ ਰਹਿੰਦਾ ਉਹ 24 ਘੰਟੇ ਫਿਰ ਤੁਹਾਨੂੰ ਕੋਈ ਮਾੜੀ ਮੋਟੀ ਜੇ ਬਿਮਾਰੀ ਵੀ ਆਉਂਦੀ ਆ ਉਹਦੇ ਨਾਲ ਬਹੁਤ ਛੇਤੀ ਲੜਨ ਚ ਹੈਲਪ ਕਰਦਾ ਛੇਤੀ ਛੇਤੀ ਤੁਸੀਂ ਬਿਮਾਰ ਨਹੀਂ ਪੈਂਦੇ ਤੁਸੀਂ ਗਲਤ ਚੀ ਇੱਥੇ ਵੀ ਜਦੋਂ ਬੰਦੇ ਵੀਕਐਂਡ ਤੇ ਬਾਹਰ ਕੈਨੇਡਾ ਵੀ ਇੰਡੀਆ ਵੀ ਜਦੋਂ ਬਾਹਰ ਖਾਣ ਬੈਹਨੇ ਹੋ ਤੁਸੀਂ ਹਫ਼ਤੇ ਦੇ 2-4 ਬਾਰ ਬਾਹਰ ਖਾ ਲਿਆ ਤੁਸੀਂ 2-300 ਦਾ ਸਮਾਨ ਖਾ ਜਾਂਦੇ ਹੋ ਕਿਉਂਕਿ ਵਧੀਆ ਫੂਡ ਤੇ ਪੈਸੇ ਲਾ ਕੇ ਤੁਹਾਨੂੰ ਕਦੇ ਗਿਲਟੀ ਫੀਲ ਨਹੀਂ ਹੁੰਦੀ ਕੀ ਯਾਰ ਹਾਂ ਚੱਲ ਵਧੀਆ ਖਾਦਾ ਉਹਦੇ ਤਾਂ ਪੈਸੇ ਲਾਏ ਨੇ ਬਾਹਰੋਂ ਮਾੜਾ ਖਾਨੇ ਉਹ ਤੁਹਾਨੂੰ ਐ ਹੁੰਦਾ ਯਾਰ ਪੈਸੇ ਵੀ ਗਏ ਖਾ ਵੀ ਗਲਤ ਹੋ ਗਿਆ ਉਸ ਤੋਂ ਬਾਅਦ ਤੁਸੀਂ ਡੀਮੋਟੀਵੇਟ ਹੋਨੇ ਹੋ ਨੰਬਰ 4 ਤੇ ਜਿਮ ਲਾਉਣਨਾ ਜਾਂ ਐਕਸਰਸਾਈਜ਼ ਕਰਨਾ ਥੋੜਾ ਸੈਲਫ ਕੰਫੀਡੈਂਸ ਵਾਧਦਾ ਕਿਤੇ ਜੋਬ ਵੀ ਕਰਦੇ ਹੋ ਥੋਡੀ ਬੋਡੀ ਫਿਟ ਆ ਥੋੜਾ ਜਿਹੜਾ ਬਾਸ ਆ ਥੋੜਾ ਨਾ ਦੇ ਕੇ ਗੱਲ ਕਰੂਗਾ ਕੀ ਯਾਰ ਬੰਦਾ ਪੂਰਾ ਡਿਸਪਲਨ ਵਾਲਾ ਜਿਹੜੇ ਬੰਦੇ ਨੇ ਆਪਣੀ ਜੀਵ ਤੇ ਕੰਟਰੋਲ ਕਰਿਆ ਜਿਨੇ ਇੰਨੀ ਮਿਹਨਤ ਮਾਰ ਕੇ ਸਰੀਰ ਵਧੀ